ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਨਮਾਣਾ ਮਲੀ ਦੋਸਤੋ ਆ ਗਈ ਸੜਕ ਤੇ ਆ ਰਿਹਾ ਮੈਨੂੰ ਲੱਗਦਾ ਕੰਬਾਈਨ ਆ ਰਹੀ ਨਹੀਂ ਨਹੀਂ ਦੋਸਤੋ ਪਿੱਛੇ ਤੂੜੀ ਵਾਲੀ ਮਸ਼ੀਨ ਆ ਕੰਬਾਈਨ ਨਹੀਂ ਦੋਸਤੋ ਇਹ ਤੂੜੀ ਵਾਲਾ ਰੀਪਰ ਲੱਗਦਾ ਜੀ ਇਹ ਤੂੜੀ ਵਾਲਾ ਰੀਪਰ ਕੰਬਾਈਨ ਦੀ ਸ਼ੇਪ ਵਿੱਚ ਦੋਸਤੋ ਹੂਬ ਹੂ ਕੰਬਾਈਨ ਲੱਗਦੀ ਆ ਬਿਲਕੁਲ ਸਿਰਫ ਸਾਈਜ਼ ਦਾ ਹੀ ਫਰਕ ਆ ਬਸ ਬਾਕੀ ਤਾਂ ਨੀਰੀ ਪੂਰੀ ਕਮੈਨ ਲੱਗਦੀ ਆ ਜੀ ਦੇਖ ਲਓ ਤੁਸੀਂ ਗਿੱਲ ਪ੍ਰੀਤ ਨੇ ਬਣਾ ਦਿੱਤਾ ਜੀ ਇਹ ਤੂੜੀ ਵਾਲਾ ਰੀਪਰ ਜੀ ਸਿਰਾ ਲਾ ਰੱਖਿਆ ਜੀ ਤੁਸੀਂ ਦੇਖੋ ਪਿੱਛੇ ਉਵੇਂ ਟਰਾਲੀ ਪਾ ਰੱਖੀ ਆ ਤੇ ਟਰਾਲੀ ਪਾਉਣ ਵਾਸਤੇ ਦੋਸਤੋ ਪਿੱਛੇ ਹੁੱਕ ਦਿੱਤੀ ਹੋਈ ਆ ਤੁਹਾਨੂੰ ਚੱਕਣ ਚ ਕਾਉਣ ਦੀ ਲੋੜ ਵੀ ਨਹੀਂ ਤੇ ਦੋਸਤੋ ਇਹ ਗਿੱਲਪ੍ਰੀਤ ਵਾਲਿਆਂ ਨੇ ਬਣਾਤੀ ਆ ਜੀ ਤੂੜੀ ਬਣਾਉਣ ਵਾਲਾ ਰੀਪਰ ਇਹ ਨਾ ਜੀ ਕਿਸੇ ਗਊਸ਼ਾਲਾ ਦੇ ਵਿੱਚ ਪੰਜ ਮਸ਼ੀਨਾਂ ਆਈਆਂ ਹੀ ਆ ਜੀ ਉਹਨਾਂ ਨੇ ਆਪਦੇ ਵਾਸਤੇ ਤੂੜੀ ਬਣਾਉਣ ਲਈ ਗਊਸ਼ਾਲਾ ਵਾਸਤੇ ਉਹ ਕਾਫੀ ਤੂੜੀ ਬਣਾ ਕੇ ਰੱਖਦੇ ਆ ਤੇ ਉਹਨਾਂ ਨੇ ਸਪੈਸ਼ਲੀ ਕੰਬਾਈਨਾ ਗਿੱਲਪ੍ਰੀਤ ਨੇ ਉਹਨਾਂ ਨੂੰ ਬਣਾ ਕੇ ਦਿੱਤੀਆਂ ਨੇ ਜੀ ਪਿੱਛੇ 18 ਫੁੱਟੀਆਂ ਟਰਾਲੀਆਂ ਨੇ ਜੀ 8 ਫੁੱਟ ਲੰਮੀ ਵਾੜਾ ਜੀ ਕਹਿੰਦੇ ਆ ਵੀ 20 ਕੁਆਂਟਲ ਤੂੜੀ ਵੜ ਜਾਂਦੀ ਏਕੇ ਵਾਰੀ ਜੀ ਤੇ ਦੋਸਤੋ ਹੈਰਾਨੀ ਵਾਲੀ ਗੱਲ ਇਹ ਆ ਵੀ ਘਟੋ ਘਟ ਵੀ 20 ਤੋਂ 25 ਮਿੰਟ ਲੱਗਦੇ ਜੀ ਇਹਨੂੰ ਸਿਰਫ ਭਰਨ ਤੇ ਲਾਉਣ ਤੇ ਬਾਲਾ ਟਾਈਮ ਲੱਗਦਾ ਪਰ 20 ਤੋਂ 25 ਮਿੰਟ ਲੱਗਣਗੇ ਇਹਨੂੰ ਭਰਨ ਤੇ ਤੇ ਦੋਸਤੋ 8 ਫੁੱਟ ਲੰਮਾ ਇਹਦਾ ਘਟ ਆ ਸੌਰੀ 10 ਫੁੱਟ ਲੰਮਾ ਘਟ ਰਾ ਦੋਸਤੋ 10 ਫੁੱਟ ਲੰਮਾ ਘਟ ਰਾ ਲਾਂਗਾ ਲੂੰਗਾ ਚੱਕ ਚੰਗਾ ਵੇਨਾ ਦੇ ਮੈਨਾਂ ਵੀ 20 ਮਿੰਟ ਵੀ ਨਹੀਂ ਲੱਗਦੇਗੇ ਤੇ ਮੈਨਾਂ ਕੰਮ ਮਿੰਟੂ ਮਿੰਟੀ ਨਵੇੜ ਦਿੰਦੀ ਹੈ ਜੀ ਇਹ ਕੰਬਾਈਨਾ ਮਿਲਦਾ ਜਲਦੀ ਆਪਣੇ ਪੰਜਾਬ ਚ ਦੇਖਣ ਨੂੰ ਮਿਲਣ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਆ ਚੱਲ ਪੀ ਜੀ ਤੇ ਆ ਸੱਜਣੋ ਇਹਦੇ ਕੁਛ ਲੀਵਰ ਬਿਲਕੁਲ ਹੀ ਸੇਮ ਯਾਰ ਜਿਉਂ ਵੱਡੀ ਮਸ਼ੀਨ ਚ ਉਹੀ ਛੋਟੀ ਚ ਪਹਿਲਾ ਹਾਈ ਲੋ ਦੂਜਾ ਕਟਰ ਦਾ ਤੀਜਾ ਉਹ ਮਿਲਗਦਾ ਰੇਸ ਵਾਲਾ ਸਿਸਟਮ ਆ ਹਨ ਤੇ ਬਿਲਕੁਲ ਹੀ ਸੇਮ ਆ ਸਾਰੇ ਬਟਨ ਹੀ ਸੇਮ ਜੋ ਵੱਡੀ ਕੰਬੈਨ ਚ ਉਹੀ ਛੋਟੀ ਕੰਬੈਨ ਚ ਦੇਖ ਸਕਦੇ ਤੁਸੀਂ ਉਦਾਂ ਦੀ ਫੀਲ ਆਊਗੀ ਜਿਵੇਂ ਤੁਸੀਂ ਕਿ ਕਣਕ ਵੜਨ ਚੱਲੇ ਹੁੰਦੇ ਹੋ ਕਿਸੇ ਦੀ ਹਨਾ ਬਟ ਇੰਨਾ ਵੀ ਧੂੜ ਮਿੱਟੀ ਕੱਟਾ ਜ਼ਿਆਦਾ ਹੁੰਦਾ ਦੇਖੋ ਉਵੇਂ ਅੱਗੇ ਸਿਸਟਮ ਲਾ ਰੱਖਿਆ ਜੀ ਤੇ ਸੀਟ ਸੂਟ ਦਿੱਤੀ ਗੇਅਰ ਗੁਰ ਦਿੱਤੇ ਹੋਏ ਆ ਨਾਲ ਟੂਲ ਦਿੱਤਾ ਨਾਲ ਕੈਂਪਰ ਵੀ ਪਾਣੀ ਵਾਲਾ ਰੱਖਿਆ ਹੋਇਆ ਤੇ ਇਹ ਗਿਲਪ੍ਰੀਤ ਵਾਲਿਆਂ ਨੇ ਬਣਾਈ ਆ ਜੀ ਕੀਮਤ ਦਾ ਮੈਨੂੰ ਐਗਜ਼ੈਕਟ ਨਹੀਂ ਪਤਾ ਮੈਨੂੰ ਲੱਗਦਾ ਵੀ ਇਹ ਘੱਟੋ ਘੱਟ ਵੀ 6 ਦੇ 7 ਲੱਖ ਦੇ ਵਿੱਚ ਵਿੱਚ ਹੋਊਗੀ ਆ ਦੇਖੋ ਜੀ ਇੰਜਨ ਵੀ ਕਾਫੀ ਇੰਜਨ ਵੀ ਕਾਫੀ ਹੈਵੀ ਦਿੱਤਾ ਜੀ ਆ ਦੇਖ ਲਓ ਪੂਰਾ ਐ ਸਿਰਾ ਇੰਜਨ ਦਿੱਤਾ ਮਿਲਦਾ ਅਸ਼ੋਕ ਲੈ ਲੈਣ ਦਾ ਇੰਜਨ ਲੱਗਦਾ ਜੀ ਮੈਨੂੰ ਟਰੱਕ ਦਾ ਤਾਂ ਨਹੀਂਗਾ ਪਰ ਉਹ ਸ਼ੋਕ ਲੈ ਲੈਣ ਦੇ ਇੰਜਨ ਆ ਸਿਰਾ ਲਾ ਰੱਖਿਆ ਜੀ ਦੇਖੋ ਤੁਸੀਂ दस फोटो ਲੰਮਾ ਕਟਰਾ ਜੀ ਦੇਖ ਲਓ ਤੁਸੀਂ ਦਾਣੇ ਦੀ ਸਫਾਈ ਬਹੁਤ ਆ ਜੀ ਦਾਣੇ ਜਿਹੜੇ ਨਿਕਲਦੇ ਨਾ ਕਈ ਵਾਰਾਂ ਰਹਿ ਜਾਂਦੇ ਆ ਜੀ ਪੂਰੇ ਦਾਣੇ ਸਾਫ਼ ਕਰਕੇ ਜਿਵੇਂ ਵੱਡੀ ਮਸ਼ੀਨ ਦਿੰਦੀ ਓਵੇਂ ਹੀ ਇਹ ਤੁਹਾਨੂੰ ਦਾਣੇ ਸਾਫ਼ ਕਰਕੇ ਦੇਊਗੀ ਕਿਉਂਕਿ ਕੋਈ ਵਿੱਚ ਕਚਰਾ ਨਹੀਂ ਆਊਗਾ ਕੋਈ ਡੱਕਾ ਨਹੀਂ ਆਊਗਾ ਇਹ ਇਸ ਮਸ਼ੀਨ ਦੀ ਖਾਸੀਅਤ ਆ ਬਸ ਬਾਕੀ ਉਦਾਂ ਹੀ ਬਣਾ ਰੱਖੀ ਆ ਦਾਣਿਆਂ ਦਾ ਸਿਸਟਮ ਆ ਜੀ ਇੱਥੋਂ ਕਟੋ-ਕਟੂ ਇਹਦੇ ਵਿੱਚ ਕਵਾਂਟਲ ਤੋਂ ਡੇਢ ਕਵਾਂਟਲ ਦਾਣੇ ਪਾਏ ਜਾਂਦੇ ਐ ਖੋਲੋ ਤੁਸੀਂ ਐ ਦਾਣੇ ਕੱਢੋ ਤੁਸੀਂ ਘੱਟਾ ਮਿੱਟੀ ਬਹੁਤੀ ਘੱਟ ਆਉਂਦਾ ਜੀ ਇਸ ਮਸ਼ੀਨ 'ਚ ਬਾਕੀ ਵੇਖੋ ਕਦੋਂ ਆਉਂਦੀਆਂ ਕਦੋਂ ਨਹੀਂ ਬਾਕੀ ਇਹ ਘੱਟੋ ਘੱਟ ਵੀ ਮੈਨੂੰ ਲੱਗਦਾ 6-7 ਲੱਖ ਦੇ ਅੰਦਰ ਬਾਹਰ ਹੋਊਗੀ ਤੇ ਮੈਨਾਂ ਟਰਾਲੀਆਂ ਵੀ ਤਗੜੀਆਂ ਚਾਹੀਦੀਆਂ ਆ ਇਹਦੇ ਵਾਸਤੇ ਮੈਨਾਂ ਕਿੱਲੇ ਦੀ ਮਨ ਲੱਗਦਾ ਇੱਕ ਟਰਾਲੀ ਮਸਾਂ ਹੀ ਭਰਿਆ ਕਰੂਗੀ ਜੇ ਲਾਂਗਾ ਚੰਗਾ ਤੁਹਾਡਾ ਫੱਜਨ ਆਲਾ ਤਾਂ ਤੇ ਇਹ ਗਿੱਲਪ੍ਰੀਤ ਵਾਲਿਆਂ ਨੇ ਬਣਾਈਆਂ ਜੀ ਉੱਤੇ ਇਹਨਾਂ ਨੇ ਸਰਟੀਫਾਈਡ ਅਰਾਸਟਿਕ ਲਿਖਿਆ ਆ ਪਟਿਆਲਾ ਰੋਡ ਚਾਗਾ ਮੰਡੀ ਤੋਂ ਬਣ ਕੇ ਆਈ ਹੈ ਇਹ ਨੰਬਰ ਲਿਖਿਆ ਆ ਉੱਪਰ ਗਿੱਲਪ੍ਰੀਤ 930 ਜੇ ਕਿਸੇ ਨੇ ਬਈ ਬਣਵਾਉਣੀ ਹੋਵੇ ਜਾਂ ਲੈਣੀ ਹੋਵੇ ਤਾਂ ਨੰਬਰ ਵੀਡੀਓ ਨੂੰ ਖਲਾਰ ਕੇ ਆਪ ਦਾ ਨੋਟ ਕਰ ਸਕਦਾ ਜੀ ਆ ਦੇਖੋ ਮਗਰ 18 ਫੁੱਟੀਆਂ ਲੰਬੀਆਂ ਟਰਾਲੀਆਂ ਤੇ 8 ਫੁੱਟ ਲੰਮੀ ਵਾਰਡ ਆ ਆਸਮਾਨ ਆ ਜੀ ਆ ਸਾਬਕਾ ਤਾ ਬਾਈ ਤੁਸੀਂ ਦੇਖ ਸਕਦੇ ਤਾਂ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਦੇ ਆ ਜੇ ਤਾਂ ਨਮਾਣਾ ਮੱਲੀ ਨੂੰ ਇਦਾਂ ਹੀ ਸਪੋਰਟ ਕਰਦੇ ਰਹੋ ਜੀ ਤੇ ਬਹੁਤ ਬਹੁਤ ਧੰਨਵਾਦ ਬਾਬਾ ਨਰਾਨੀਪੁਰੀ ਜੀ 98157 635055